ਸਾਡੇ ਵੇਖੋ ਇਹਨਾਂ ਨੇ ਬਹੁਤ ਬੁਰਾ ਹਾਲ ਕੀਤਾ ਇਹਨਾਂ ਪੂਰ ਪਰਮਨੈਂਟ ਵਾਲਿਆਂ ਨੇ ਪਰ ਸਾਡੇ ਕੋਲ ਇਹਨੇ ਸ਼ਬਦ ਨਹੀਂ ਜਿਹੜੇ ਜੋ ਸਾਡੇ ਨਾਲ ਹੋਇਆ ਅਸੀਂ ਦੱਸ ਨਹੀਂ ਸਕਦੇ ਘਰ ਹੀ ਉਜੜ ਜੇ ਪਤਾ ਨਹੀਂ ਦੱਸ ਨਹੀਂ ਉਹ ਤੇ ਚਲੋ ਉਜੜੇ ਸੀ ਪਰ ਜਿੱਦਾਂ ਇਹਨਾਂ ਸਾਨੂੰ ਦਾ ਕੰਨੀ ਦਾ ਨਿਕਾਰ ਸੀ ਜਿਹੜਾ ਆਦਮੀ ਨਿਕਾਰ ਨਹੀਂ ਸੀ ਮੈਂ ਬਾਹਰ ਨਿਕਲੀ ਵੇਖਣ ਵਾਸਤੇ ਉਹਨਾਂ ਨੇ ਮੈਨੂੰ ਪੰਜ ਲੇਡੀਜ਼ ਪੁਲਿਸ ਨੇ ਮੈਨੂੰ ਫੜ ਲਿਆ ਬੜੇ ਮੈਂ ਹੱਥ ਜੋੜੇ ਕਿ ਮੈਂ ਠੀਕ ਨਹੀਂ ਮੈਨੂੰ ਛੱਡ ਦਿਓ ਪਿੱਛੇ ਹੀ ਛੱਡਿਆ ਉਹਨਾਂ ਨੇ ਧੱਕੇ ਦੇ ਕੇ ਸਾਨੂੰ ਬੱਸਾਂ ਵਿੱਚ ਸੁੱਟਿਆ ਸੁੱਟ ਕੇ ਸਾਡੇ ਨਾਲ ਇੰਨੀ ਬਦਤਮੀਜ਼ੀ ਕੀਤੀ ਕਿ ਸਾਡੇ ਜਿਹੜੇ ਕੱਪੜੇ ਸੀ ਨਾ ਪਤਾ ਨਹੀਂ ਕਿਹੜੀ ਤਰ੍ਹਾਂ ਦੇ ਸਾਡੇ ਕੱਪੜੇ ਜਿਹੜੇ ਇੱਜ਼ਤਦਾਰ ਜਿਹੜੇ ਬਚੇ ਆ ਕਿ ਉਹਨਾਂ ਸਾਡੇ ਕੱਪੜੇ ਫੜੇ ਕਮੀਜ਼ਾਂ ਫੜੀਆਂ ਫੜ ਕੇ ਉਹਨਾਂ ਨੇ ਵੇਖਿਆ ਸਿਆਣੀਆਂ ਜਨਾਨੀਆਂ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਨਾਲ ਕਿਉਂ ਇੰਨਾ ਮਾੜਾ ਹੋਇਆ ਕਿਉਂ ਇੱਦਾਂ ਹੋਇਆ ਅਸੀਂ ਕਿੰਨੇ ਦਾ 70 ਦੇ 40 ਸਾਲ ਮੇਰੇ ਵਿਆਹ ਹੋ ਗਏ ਆ ਮੇਰੇ ਬੱਚੇ ਜਿਹੜੇ ਆ ਇੱਥੇ ਪੜ੍ਹੇ ਆ ਅੱਗੋਂ ਮੇਰੇ ਬੱਚੇ ਵੀ ਜਿਹੜੇ ਨੇ 35 ਸਾਲ ਦੇ ਹੋ ਗਏ ਆ ਉਹਨਾਂ ਦੇ ਬੱਚੇ ਕੋਲ ਨਾਲ ਪਲੱਸ 2 ਕਰਨ ਡਏ ਨੇ ਇੰਨਾ ਚਿਰ ਕੀ ਸਬੂਤ ਦੇਵਾਂਗੇ ਇਹਨਾਂ ਨੂੰ ਸਾਡੀਆਂ ਇਹਨਾਂ ਨੇ ਰਜਿਸਟਰੀਆਂ ਕੀਤੀਆਂ ਜਾਂ ਇਹਨਾਂ ਨੇ ਕੁਛ ਕਿਸੇ ਵੀ ਸਰਕਾਰ ਨੇ ਸਾਡਾ ਕੀ ਕੀਤਾ ਕੁਛ ਨਹੀਂ ਕੀਤਾ ਇਸ 'ਚ ਬਹੁਤ ਸਿੱਧੀ ਜੀ ਗੱਲ ਹੈ ਜਿਹੜੀ ਖਾਲਸਾ ਏਡ ਸੰਸਥਾ ਉਹ ਇਨਸਾਨੀਅਤ ਦੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਕੰਮ ਕਰ ਰਹੀ ਹੈ ਜਿਹੜੀ ਸਿਆਸਤ ਹੈ ਉਹ ਸਿਆਸਤਦਾਨਾਂ ਨੇ ਕਰਨੀ ਹੈ ਜਿਹੜੀ ਸੇਵਾ ਹੈ ਉਹ ਸੇਵਾਦਾਰਾਂ ਨੇ ਕਰਨੀ ਹੈ ਸੋ ਇਸ ਕਰਕੇ ਜਿਹੜੀ ਸਾਡੀ ਡਿਊਟੀ ਹੈ ਅਸੀਂ ਉਸ ਦੇ ਉੱਤੇ ਫੋਕਸ ਹਾਂ ਅਸੀਂ ਦਿਨ ਰਾਤ ਇੱਥੇ ਆ ਰਹੇ ਹਾਂ ਰਾਤੀ 12-1 ਵਜੇ ਵੀ ਸਾਡਾ ਇੱਕ ਚੱਕਰ ਲੱਗਦਾ ਕਿ ਕੀ ਇਹਨਾਂ ਨੂੰ ਕਿਹੜੀਆਂ ਲੋੜਾਂ ਨੇ ਸੋ ਕੱਲ੍ਹ ਅਸੀਂ ਵੇਖਿਆ ਕਿ ਅਸੀਂ ਟੈਂਟ ਤਾਂ ਲਗਾ ਤੇ ਬਟ ਲੇਡੀਜ਼ ਪਤਾ ਨਹੀਂ ਨਾਲ ਆਂਢ ਗੁਆਂਢ ਦੇ ਵਿੱਚ ਘਰ ਜਾ ਰਹੀਆਂ ਨੇ ਵਾਸ਼ਰੂਮ ਕਰਨ ਸੋ ਉਹਨਾਂ ਦੇ ਲਈ ਵੀ ਹੁਣ ਅਸੀਂ ਜਿਹੜੇ ਵਾਸ਼ਰੂਮਸ ਨੇ ਉਹ ਸਾਡੇ ਪਹੁੰਚ ਚੁੱਕੇ ਨੇ ਹੁਣ ਉਹ ਸੈਟਅਪ ਕਰਨ ਲੱਗੇ ਹਾਂ ਸੋ ਜੋ ਇਹਨਾਂ ਦੀਆਂ ਲੋੜਾਂ ਨੇ ਉਸ ਦੇ ਉੱਤੇ ਸਾਡਾ ਧਿਆਨ ਹੈ ਅਤੇ ਸਾਡਾ ਧਿਆਨ ਸਿਰਫ ਇਹਨਾਂ ਦੀਆਂ ਮੁੱਢਲੀ ਲੋੜਾਂ 'ਤੇ ਰਹੇਗਾ ਪੱਕੀ ਛੱਤ ਦੀ ਗੱਲ ਕਰੀਏ ਪੱਕੀ ਛੱਤ ਦਾ ਅਰੇਂਜਮੈਂਟ ਪੱਕੀ ਛੱਤ ਲਈ ਜੀ ਅਸੀਂ ਆਲਰੇਡੀ ਆਪਣੇ ਸੋਸ਼ਲ ਪਲੇਟਫਾਰਮਾਂ 'ਤੇ ਕਹਿ ਚੁੱਕੇ ਹਾਂ ਕਿ ਜੇ ਸਰਕਾਰ ਇਹਨਾਂ ਨੂੰ ਜ਼ਮੀਨ ਪ੍ਰੋਵਾਈਡ ਕਰਦੀ ਹੈ ਔਰ ਸਾਡੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਇਹੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਨੂੰ ਪੱਕੇ ਘਰ ਜਿਹੜੇ ਆ ਉਹ ਬਣਾ ਕੇ ਦੇਈਏ ਇਸ ਗੱਲ 'ਤੇ ਸਰਕਾਰ ਆਪਣੇ ਦੇਸ਼ ਵਿੱਚ ਮੈਂ ਦੇਖਿਆ ਹੈ ਕਿ ਜੇ ਗੁਰਦੌਰੀਆਂ ਵੀ ਹੋ ਜਾਂਦਾ 7 ਸਾਲ 8 ਸਾਲ ਉਹ ਜ਼ਮੀਨ ਦਾ ਕਾਬਜ਼ ਹੋ ਜਾਂਦਾ ਆਪਾਂ ਨੋਰਮਲੀ ਗੱਲ ਹੈ ਇੱਥੇ 70 ਸਾਲ ਦੇ ਘਰ ਪੱਕੇ ਅਤੇ ਮੈਨੂੰ ਨਹੀਂ ਲੱਗਦਾ ਇੰਨਾ ਧੱਕਾ ਕਿਤੇ ਹੋਇਆ ਇਸ ਕਰਕੇ ਹੁਣ ਇਹਦਾ ਇਲਾਜ ਇੱਕੋ ਇੱਕ ਹੈ ਮੈਂ ਇੱਥੇ ਸਾਡੀ ਕਮੇਟੀ ਬਣਾ ਦਿੰਦਾ ਜਗਵੀਰ ਜੀ ਤੁਸੀਂ ਮੱਲਣ ਸਾਹਿਬ ਅਤੇ ਆਪਾਂ ਤੁਹਾਨੂੰ ਜਿਸ ਚੀਜ਼ ਦੀ ਸਪੋਰਟ ਚਾਹੀਦੀ ਇੱਕ ਤਾਂ ਲੀਗਲ ਕੋਈ ਦੇਖੋ ਕਿ ਇਹਦਾ ਵੇ ਆਊਟ ਕੀ ਹੈ ਠੀਕ ਹੈ ਜੀ ਮੈਂ ਆਪਣੀ ਪਾਰਟੀ ਦੀ ਸਪੈਸ਼ਲ ਮੀਟਿੰਗ ਪਰਸੋਂ ਰੱਖ ਲੈਣਾ ਆਪਾਂ ਦੇਖਦੇ ਹਾਂ ਕਿ ਇਹਨੂੰ ਗਵਰਨਰ ਕੋਲ ਜਾਣਾ ਹੈ ਕਿਵੇਂ ਕਰਨਾ ਕਿ ਸੀ ਆਪਾਂ ਤੁਹਾਡੇ ਪੂਰੀ ਸਾਡੀ ਪਾਰਟੀ ਤੁਹਾਡੇ ਨਾਲ ਖੜੂ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਸਾਨੂੰ ਇਹਨਾਂ ਜਗਵੀਰ ਜੀ ਤੁਹਾਡੇ ਕਮੇਟੀ ਵੱਲੋਂ ਥੋੜੀ ਮਦਦ ਕਰਾਂਗੇ ਜੋ ਸੋਚ ਨਹੀਂ ਹਾਂਜੀ ਛੋਟੀ ਜੀ ਸਰ ਬੇਨਤੀ ਹੈ ਇਹਨਾਂ ਨੂੰ ਨਾ ਐਕਚੁਅਲ ਵਧੀਆ ਵਕੀਲ ਨਹੀਂ ਮਿਲਿਆ ਜੀ ਜੇ ਆਪਾਂ ਆਪਣੀ ਪਾਰਟੀ ਕਮੇਟੀ ਹੋਈ ਹੋਈ ਹੈ ਮੈਂ ਉਹੀ ਕਹਿ ਰਿਹਾ ਮੈਂ ਬੋਲ ਗੱਲ ਪੂਰੀ ਹੋਣ ਦਿਓ ਗੱਲ ਪੂਰੀ ਹੋਣ ਦਿਓ ਪਹਿਲਾਂ ਗੱਲ ਪੂਰੀ ਹੋਣ ਦਿਓ ਕਹਿ ਰਿਹਾ ਕਿ ਮਲਨ ਸਾਹਿਬ ਕਿੱਥੇ ਮਲਨ ਸਾਹਿਬ ਕਿੱਥੇ ਆਓ ਇਧਰ ਇੱਕ ਬੁਲਾਣਾ ਉਹ ਸਰਦਾਰ ਸਾਹਿਬ ਉਹ ਸਰਦਾਰ ਜੀ ਨੂੰ ਬੁਲਾਣਾ ਆਓ ਇਧਰ ਮੈਂ ਇਹਨਾਂ ਡਿਊਟੀ ਲਾ ਦਿੰਦਾ ਜਗਵੀਰ ਜੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਹਾਂ ਤੇ ਮੰਨਣ ਸਾਹਿਬ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਨਾ ਅਸੀਂ ਇਹਨਾਂ ਡਿਊਟੀ ਲਾ ਕੇ ਪਹਿਲਾਂ ਕੇਸ ਆ ਸਮਝ ਲੈਂਦੇ ਆ ਕਿ ਇਹਦਾ ਲੀਗਲੀ ਆਪਾਂ ਕਿਵੇਂ ਦੋ ਲੜਾਈਆਂ ਲੜਨੀਆਂ ਪੈਣੀਆਂ ਇੱਕ ਤਾਂ ਲੀਗਲ ਬੈਟਲ ਇੱਕ ਗਵਰਨਮੈਂਟ ਨਾਲ ਬੈ ਕੇ ਲੜਾਈ ਲੜਨੀ ਹੋਣੀ ਸਰਕਾਰ ਨਾਲ ਲੜਨੀ ਪੈਣੀ ਹੈ ਇੱਕ ਥੋੜ੍ਹੀ ਜਿੱਥੇ ਹੁਣ ਸਾਡੀ ਅਸੀਂ ਟੀਮ ਇੱਥੇ ਲਾ ਦਿੰਦੇ ਪੱਕੀ ਤੁਹਾਡੇ ਨਾਲ ਖੜਾਂਗੇ ਜਿਹੜੇ ਹੈਗੇ ਸਰਕਾਰ ਦੇ ਧੱਕਾ ਨਹੀਂ ਹੋਣ ਦੇਵਾਂਗੇ ਮੈਂ ਤੁਹਾਨੂੰ ਇੰਨਾ ਗਰੰਟੀ ਦਿੰਦਾ ਤੇ ਜਿਹੜਾ SGPC ਤਰਫੋਂ ਰਿਕੁਆਇਰਮੈਂਟ ਹੈ ਆਪਾਂ ਸ਼ੋਰਟ ਟਰਮ ਤੇ ਲੌਂਗ ਟਰਮ ਤੁਹਾਡੇ ਕੋਲ ਆ ਜਾਂਦੇ ਆ ਸਮਝ ਆਉਂਦੇ ਤੁਹਾਡੇ ਨਾਲ ਬਹਿ ਕੇ ਆਰਾਮ ਕਿਉਂ ਇੰਨੀ ਵੱਡੀ ਗੱਲ ਤਾਂ ਆਪਾਂ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਸਵੇਰੇ ਸਵੇਰੇ ਹੀ ਤੁਹਾਡੇ ਨਾਲ ਕਿੰਨੇ ਤੋੜਿਆ ਬੇਟੇ ਨਾਲੇ ਮੈਂ ਤਾਂ ਆਪ ਦੇਖਿਆ ਸੀ ਪੂਰੇ ਵਧੀਆ ਘਰ ਪਏ ਇੱਥੇ ਵਧੀਆ ਜੀ ਜੇ ਦਾ ਭਾਸ਼ਾ ਵੀ ਬਹੁਤ ਗੱਲ ਸੀ ਜਦੋਂ ਘਰੇ ਸੀਮਟ ਪ੍ਰਸ਼ਾਸਨ ਕੀ ਚੀਜ਼ ਆ ਸਰਕਾਰਾਂ ਦਾ ਕੰਮ
ਸਰਕਾਰਾਂ ਨੇ ਭੇਜੇ ਉਹ ਪ੍ਰਸ਼ਾਸਨ ਕੌਣ ਆਉਂਦਾ समूचे पंजाबियों का मसला है सारे सारे हर पार्टी मैं भी अपील करदा इस मसले ते सारियां पार्टियां सारे जथेबंदी इकट्ठे होके एकजुट होके आपां लड़ाई लड़िए मैं भी अपील करूंगा ते आपां सारे करांगे भी सानू कोई नहीं ते तुहानूं किसे चीज़ की कल आके थोड़े डिस्कस कर लेंदे आ जो जो चीज़ की लोड़ है जे फॉर एग्जाम्पल कोई होर टेंट चाहिए या कुछ लंगर चाहिए जिवें वो सारा इंतजाम सब कुछ कल कल सवेरे थोड़े कोले आ जाएंगे थोड़े कोले मैं ओही देख रहे जी मैं कह रहा जो लीगली आप देख लीए ओ बाद आप देखेंगे ऑप्शन थोड़े नाल डिस्कस करके ऑप्शन देखना